ਭਰਾ ਭਰਾ ਵੀਡੀਓ ਬਣਾਈ ਜਾਂਦਾ ਪਾਰਟੀਆਂ ਭਰਾ ਭਰਾ ਛੱਡੀ ਜਾਂਦੀ ਹੈ ਤੇ ਮਾਮੂਲੀ ਵਿਵਾਦ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਨੂੰ ਅੱਗ ਲਾ ਦਿੱਤੀ ਗਈ। ਜੀ ਹਾਂ, ਘਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ। ਇੱਥੋਂ ਤੱਕ ਕਿ ਪਰਿਵਾਰ ਦੇ ਪਾਉਣ ਲਈ ਕੱਪੜੇ ਤੱਕ ਨਹੀਂ ਬਚੇ। ਉੱਧਰ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਘਰ ਕਿਸ ਤਰ੍ਹਾਂ ਜਲ ਰਿਹਾ ਹੈ, ਘਰ ਨੂੰ ਕਿਸ ਤਰ੍ਹਾਂ ਅੱਗ ਲਗਾਈ ਗਈ ਹੈ। ਦਰਅਸਲ ਦੋ ਧਿਰਾਂ ਵਿਚਾਲੇ ਆਪਸੀ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਇੱਕ ਧਿਰ ਨੇ ਦੂਜੇ ਪਰਿਵਾਰ ਦੇ ਘਰ 'ਤੇ ਹਮਲਾ ਕਰ ਦਿੱਤਾ। ਇੱਕ ਨੌਜਵਾਨ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉੱਥੇ ਹੀ ਜਾਂਦੇ ਹੋਏ ਹਮਲਾਵਰ ਘਰ ਨੂੰ ਪੂਰੇ ਤਰੀਕੇ ਨਾਲ ਅੱਗ ਲਾ ਗਏ, ਜਿਸ ਕਾਰਨ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਪਰਿਵਾਰ ਦੇ ਪਾਉਣ ਲਈ ਕੱਪੜੇ ਤੱਕ ਨਹੀਂ ਬਚੇ। ਤੇ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ 'ਚ ਪੈਂਦੇ ਪਿੰਡ ਚੇਚੀਆਂ ਛੋੜੀਆਂ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਇਹ ਝਗੜਾ ਹੋਇਆ, ਜਿੱਥੇ ਕਿ ਦੋ ਧਿਰਾਂ ਵਿਚਾਲੇ ਖੂਨੀ ਝੜਪ ਦੇਖਣ ਨੂੰ ਮਿਲੀ। ਇਸ ਦੌਰਾਨ ਇੱਕ ਧਿਰ ਨੇ ਦੂਜੇ ਧਿਰ ਦੇ ਘਰ ਨੂੰ ਅੱਗ ਲਗਾ ਦਿੱਤੀ। ਦਰਅਸਲ ਪਿੰਡ ਚੇਚੀਆਂ ਛੋੜੀਆਂ 'ਚ ਪੀੜਤ ਬਲਵਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ 26 ਸਾਲ ਦੇ ਬੇਟੇ ਮਨਦੀਪ ਸਿੰਘ ਨਾਲ, ਜੋ ਕਿ ਰੇਤਾ ਬਜਰੀ ਢੋਣ ਲਈ ਟਿੱਪਰ ਚਲਾਉਣ ਦਾ ਕੰਮ ਕਰਦਾ ਹੈ, ਪਿੰਡ ਦੇ ਵਿੱਚ ਕੁਝ ਲੋਕਾਂ ਨਾਲ ਮਾਮੂਲੀ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਘਰ ਨੂੰ ਅੱਗ ਲਗਾ ਦਿੱਤੀ ਗਈ। ਪੀੜਤ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਮਾਮਲੇ ਵਿੱਚ ਕੋਈ ਵੀ ਦੋਸ਼ ਨਹੀਂ ਸੀ, ਜਦਕਿ ਮੁਲਜ਼ਮ ਪੱਖ ਨੇ ਹੀ ਉਹਨਾਂ ਨਾਲ ਝਗੜਾ ਸ਼ੁਰੂ ਕੀਤਾ ਸੀ। ਟਿੱਪਰ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਬੀਤੀ ਰਾਤ ਇਹ ਬਦਮਾਸ਼ ਉਹਨਾਂ ਦੇ ਘਰ 'ਚ ਦਾਖਲ ਹੋਏ, ਉਹਨਾਂ ਦੇ ਬੇਟੇ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਅਤੇ ਫਿਰ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ। ਤੇ ਮਾਜੀ ਮੁੰਡਿਆਂ ਦੀ ਲੜਾਈ ਸੀ, ਸਾਡੀ ਕੋਈ ਲੜਾਈ ਨਹੀਂ, ਮੁੰਡਿਆਂ ਦੀ ਲੜਾਈ, ਸਾਡਾ ਕੋਈ ਕਿਸੇ ਨਾਲ ਵੈਰ ਵੀ ਨਹੀਂ ਸੀ। ਤੇ ਇਹ ਸੀ ਵੀ ਮੁੰਡਾ ਖਾਲੀ ਗੱਡੀ ਲੈ ਕੇ ਆਉਣ ਡਿਆ ਸੀ, ਉਹਨੇ ਬਜ਼ੁਰਗ ਨੇ ਗਾਲਾਂ ਕੱਢੀਆਂ, ਇਸ ਕਰਕੇ ਮੁੰਡੇ ਨੇ ਵੀ ਅੱਗੋਂ ਕੱਢ ਦਿੱਤੀਆਂ, ਨਹੀਂ ਟਲਦੇ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਵੀ ਤੁਸੀਂ ਗੰਦ ਪਾਇਆ। ਇਹ ਗੱਲ ਦਾ ਤੇ ਸਾਨੂੰ ਕੋਈ ਪਤਾ ਨੀ, ਮੁੜਕੇ ਚੁੱਪ ਚਾਪ ਲੰਘੇ 5-7 ਦਿਨ, ਕਈ ਨਾ ਹੀ ਬੋਲੇ ਨਾ ਉਹ ਬੋਲੇ। ਬਾਅਦ ਚ ਮੁੰਡੇ ਆਏ ਗਰਾਊਂਡ 'ਚ ਖੇਡਣ, ਤੇ ਮੁੰਡਾ ਸਾਡਾ ਵੀ ਆਇਆ ਡਰਾਈਵਰ ਘਰ, ਉਹ ਗਰਾਊਂਡ 'ਚ ਗਿਆ, ਉੱਥੇ ਉਹਦੇ ਪੋਤਰੇ ਨੇ ਗਾਲਾਂ ਕੱਢ ਦਿੱਤੀਆਂ, ਗਾਲਾਂ ਕੱਢੀਆਂ ਤੇ ਗਾਲਾਂ ਕੱਢਦੇ ਕੱਢਦੇ ਫਿਰ ਹੱਥੋਂ ਬਾਈ ਹੋ ਗਏ ਆ। ਜਦੋਂ ਸਾਨੂੰ ਪਤਾ ਲੱਗਾ ਵੀ ਹੱਥੋਂ ਬਾਈ ਹੋ ਗਏ ਆ, ਅਸੀਂ ਦੌੜ ਕੇ ਆਪਣੇ ਮੁੰਡੇ ਨੂੰ ਫੜ ਜਾ ਕੇ ਫੜ ਲਿਆ, ਉਹਨੂੰ ਅਸੀਂ ਧੱਕੇ ਧੁੱਕੇ ਮਾਰ ਕੇ ਘਰ ਲਿਆਂਦਾ। ਇਹ ਮੁੰਡਾ ਕਹਿੰਦਾ ਇਹਨੇ ਉਦੋਂ ਹੀ ਫੋਨ ਕਰ ਦਿੱਤਾ ਮੁੰਡਿਆਂ ਨੂੰ ਵੀ ਛੇਤੀ ਆ ਜਾਓ, 20-25 ਜਣੇ ਆ ਜਾਓ ਤੇ ਅਸੀਂ ਇੱਥੇ ਘਰ ਕਰਨਾ ਹਮਲਾ ਕਰਨਾ। ਮੈਂ ਉਹਨੂੰ ਕਿਹਾ ਹੱਥ ਜੋੜੇ, ਮੈਂ ਕਿਹਾ ਮੁੰਡਿਆਂ ਤੁਹਾਡੀ ਲੜਾਈ ਆਪਸ ਵਿੱਚ ਆ, ਭਾਵੇਂ ਤੁਸੀਂ ਦੋਵੇਂ ਘੋਲ ਕੇ ਲੜ ਲਓ ਜਾਂ ਤੁਸੀਂ ਬਹਿ ਕੇ ਮੁਕਾ ਲਓ, ਤੇ ਮੁੰਡੇ ਨਾ ਬਾਹਰੋਂ ਸੱਦ। ਇਹਨੇ 20-25 ਮੁੰਡੇ ਸੱਦ ਲਏ ਆ। ਮੈਂ ਇੰਨੀ ਗੱਲ ਕਹੀ ਵੀ ਉਹਦੇ ਪਿਓ ਦੇ ਤੇ ਸਾਡਾ ਕੋਈ ਕਸੂਰ ਨੀ, ਤੇ ਤੂੰ ਮੁੰਡੇ ਨਾ ਸੱਦ। ਇਹਨੇ ਨਹੀਂ ਸੱਦੇ, ਫਿਰ ਵੀ ਕਹਿੰਦਾ ਵੀ ਮੈਂ ਸੱਦਣੇ ਆ ਮੁੰਡੇ, ਤੇ ਹੁਣੇ ਵੇਖੋ ਕੀ ਬਣਦਾ ਮੇਰੇ ਛੋਟੇ ਬੱਚੇ ਨੇ। ਮੈਂ ਕਿਹਾ ਸਾਡਾ ਕੀ ਕਸੂਰ ਆ? ਕਹਿੰਦਾ ਮੈਂ ਤੇ ਤੁਹਾਡੇ ਘਰ ਛੋਟੇ ਬੱਚੇ ਜਿਹੜੇ ਨਾ ਉਹ ਵੀ ਨਹੀਂ ਛੱਡ ਕੇ ਜਾਣੇ, ਉਹਨਾਂ ਨੂੰ ਮਾਰ ਕੇ ਜਾਣਾ। ਅੱਛਾ, ਮੈਂ ਇੰਨੀ ਗੱਲ ਸੁਣਦੇ ਸਾਰੀ ਉਹਨੇ ਕਿੱਕ ਮਾਰੀ ਆ ਤੇ ਪਿੰਡ ਨੂੰ ਨਿਕਲ ਗਿਆ। ਮੈਂ ਘਰ ਆ ਗਈ ਹਾਂ,
ਘਰ ਆਣ ਕੇ ਤੇ ਮੈਂ ਬੱਚੇ ਲਏ ਨੇ, ਮੈਂ ਬੱਚੇ ਆਉਂਦੀ ਹਾਂ, ਬੱਚੇ ਬਚਾ ਲਈਏ ਕਿਸ ਤਰ੍ਹਾਂ। ਮੈਂ ਕਮਾਂ ਚ ਜਾ ਕੇ ਲੁਕ ਗਈ ਹਾਂ, ਉਹਨਾਂ ਅੰਦਰਾਂ ਮੁੰਡੇ ਨੂੰ ਮਾਰ ਕਟਾਈ ਕਰਨ ਲੱਗ ਪਏ ਨੇ, ਮਾਰਨ ਲੱਗ ਪਏ ਨੇ। ਉਹਨਾਂ ਮਾਰ ਕੇ ਇਹਨੂੰ ਟੱਪ ਟੁੱਪ ਮਾਰ ਕੇ ਸਿਰ ਚ ਮਾਰੇ ਆ ਤੇ ਲੱਤਾਂ ਲੱਤਾਂ ਨੇ ਮਾਰੇ, ਮਾਰ ਕੇ ਆਪਣੇ ਜਾਨੋਂ ਮਾਰ ਕੇ ਤੇ ਉਹ ਭੰਗ ਚ ਜਾ ਕੇ ਤੇ ਇੱਧਰ ਸੁੱਟ ਗਏ ਆ। ਮੁੰਡੇ ਨੇ ਆਣ ਕੇ ਇੱਥੇ ਵੇਖਿਆ, ਫਿਰ ਬੇਟੇ ਨੇ ਮੈਨੂੰ ਫੋਨ ਕੀਤਾ ਵੀ ਮੰਮੀ ਆ ਤੇ ਘਰ ਨੂੰ ਅੱਗ ਵੀ ਲੱਗ ਗਈ ਆ। ਘਰ ਨੂੰ ਅੱਗ ਲੱਗ ਗਿਆ ਤੇ ਇਹਨਾਂ ਸੋਚਿਆ ਵੀ ਇੱਥੇ ਸਿਲੰਡਰ ਨੇ ਅੰਦਰ ਦੋ ਪਏ, ਉਹ ਫੜ ਜਾਣੇ ਨੇ, ਜ਼ਿਆਦਾ ਨੁਕਸਾਨ ਹੋਣਾ। ਇਹਦਾ ਡੰਗਰ ਖੋਲਣ ਡਿਆ ਪਿਆ, ਡੰਗਰ ਪਿੱਛੇ ਕਰਨ ਡਿਆ ਪਿਆ ਜਾ ਕੇ, ਤੇ ਫਿਰ ਇਹਨਾਂ ਮੁੰਡਾ ਵੇਖਿਆ ਭੰਗ ਚ ਪਿਆ। ਘਰ ਦਾ ਸਾਡਾ ਰਿਹਾ ਹੀ ਕੱਖ ਨੀ, ਸਾਡੇ ਗਲ ਤੀਕ ਕੱਪੜੇ ਪਾਉਣ ਜੋਗੇ ਨੀ ਰਹੇ, ਸਾਡੇ ਘਰ ਦੀ ਕੋਈ ਚੀਜ਼ ਨੀ ਰਹੀ। ਮੁੰਡਾ ਇਹੋ ਕੇ ਸਰਕਾਰੀ ਹਸਪਤਾਲ ਦਾਖਲ ਕਰਾਇਆ, ਉਹ ਭੰਗ ਚ ਪਿਆ ਚੁੱਕਿਆ। ਉਹਨੂੰ ਆਣ ਕੇ ਫਿਰ ਮੁੰਡਿਆਂ ਵੇਖਿਆ ਪਿੰਡ ਦੇ ਮੁੰਡਿਆਂ ਆਣ ਕੇ ਤੇ ਚੁੱਕ ਕੇ ਉਹਨੂੰ ਗੱਡੀ ਚ ਪਾ ਕੇ ਤੇ ਗੁਰਦਾਸਪੁਰ ਲੈ ਗਏ। ਤੇ ਉਧਰ ਪੀੜਤ ਨੌਜਵਾਨ ਮਨਦੀਪ ਸਿੰਘ ਗੰਭੀਰ ਸੱਟਾਂ ਲੱਗਣ ਕਾਰਨ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ, ਜਦਕਿ ਪੁਲਿਸ ਨੇ ਇਸ ਮਾਮਲੇ 'ਚ 6 ਹਮਲਾਵਰਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਬਾਏ ਨੇਮ ਪਰਚਾ ਦਰਜ ਕਰ ਲਿਆ। ਪੁਲਿਸ ਨੇ ਫਿਲਹਾਲ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਉੱਥੇ ਹੀ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੈਂਟਰਲ ਪੰਜਾਬ TV।